तो ये लालच का साथ दिया दोस्तों। ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ, ਕਿੱਦਾਂ ਹਾਲ ਚਾਲ ਨੇ ਤੁਹਾਡੇ? ਉਮੀਦ ਆ ਕਿ ਤੁਹਾਡੇ ਹਾਲ ਬਹੁਤ ਵਧੀਆ ਹੋਊਗੇ। ਅਗਰ ਵਧੀਆ ਨਹੀਂ ਹੈ ਤਾਂ ਅੱਜ ਦੀ ਵੀਡੀਓ ਦੇਖ ਕੇ ਡੈਫੀਨੇਟਲੀ ਵਧੀਆ ਹੋ ਜਾਣਗੇ, ਕਿਉਂਕਿ ਅੱਜ ਤੁਸੀਂ ਲਗਾ ਲਿਆ ਹੈ ਮੇਰਾ ਵਲੌਗ। ਕਿਉਂਕਿ ਮੇਰੇ ਜਿਹੜੇ ਵਲੌਗ ਆ ਉਹ ਹਰੇਕ ਦੇ ਚਿਹਰੇ 'ਤੇ ਸਮਾਈਲ ਲਿਆਉਣ ਲਈ ਕੰਮ ਕਰਦੇ ਆ ਮੇਰੇ ਖਿਆਲ ਨਾਲ। ਇਹ ਤੁਸੀਂ ਡਿਸਾਈਡ ਕਰਿਓ ਵੀਡੀਓ ਦੇ ਅੰਤ 'ਚ। ਅਗਰ ਤੁਸੀਂ ਸੋਚ ਰਹੇ ਹੋ ਕਿ ਮੈਂ ਪੰਜਾਬੀ ਕਿਉਂ ਬੋਲ ਰਹੀ ਹਾਂ, ਸੋ ਅੱਜ ਅਸੀਂ ਇਹ ਵਲੌਗ ਨੂੰ ਪੂਰਾ ਹੀ ਪੰਜਾਬੀ 'ਚ ਬਣਾਵਾਂਗੇ। ਐਕਚੁਅਲੀ ਮੈਂ ਵੀਡੀਓ ਨੂੰ ਪਹਿਲਾਂ ਵੀ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ 24 ਘੰਟੇ ਸਿਰਫ ਪੰਜਾਬੀ ਬੋਲੀ ਜਾਏ। ਅੱਜ ਅਸੀਂ 24 ਘੰਟੇ ਨਹੀਂ ਕਰਦੇ, ਇਸ ਦਿਨ ਦੇ ਅੰਤ ਤੱਕ ਅਸੀਂ ਪੰਜਾਬੀ ਹੀ ਬੋਲਾਂਗੇ ਔਰ ਪੰਜਾਬੀ ਵੀ ਕੋਸ਼ਿਸ਼ ਕਰਾਂਗੇ ਕਿ ਕੋਈ ਵੀ ਸ਼ਬਦ ਅੰਗਰੇਜ਼ੀ ਦਾ ਨਾ ਬੋਲਿਆ ਜਾਏ। ਕੋਸ਼ਿਸ਼ ਕਰਾਂਗੇ ਕਿਉਂਕਿ ਬਹੁਤ ਜ਼ਿਆਦਾ ਔਖਾ ਆ। ਸਾਡੀ ਪੰਜਾਬੀ ਜਿਹੜੀ ਲੈਂਗੁਏਜ ਆ, ਪੰਜਾਬੀ ਭਾਸ਼ਾ ਆ ਜਿਹੜੀ, ਉਹਨੇ ਅੰਗਰੇਜ਼ੀ ਨੂੰ ਇੱਦਾਂ ਆਪਣੇ ਅੰਦਰ ਮਿਲਾ ਲਿਆ ਆ ਕਿ ਕਈ ਜਿਹੜੇ ਸ਼ਬਦ ਆ ਉਹਦੀ ਸਾਨੂੰ ਪੰਜਾਬੀ ਪਤਾ ਹੀ ਨਹੀਂ ਆ। ਇਹ ਕੋਸ਼ਿਸ਼ ਕੀਤੀ ਜਾਏਗੀ ਅੱਜ ਔਰ ਮੇਰੇ ਦਿਨ ਦੀ ਸ਼ੁਰੂਆਤ ਹੋ ਚੁੱਕੀ ਆ। ਔਰ ਮੈਨੂੰ ਪਤਾ ਨਹੀਂ ਸੀ ਕਿ ਅੱਜ ਮੈਂ ਵੀਡੀਓ ਬਣਾਉਣਾ ਚਾਹੂੰਗੀ ਜਿਸ 'ਚ ਮੈਂ ਪੰਜਾਬੀ ਬੋਲਾਂਗੀ, ਸੋ ਮੈਂ ਵਲੌਗ 'ਤੇ ਬਣਾਇਆ ਸੀ ਥੋੜ੍ਹਾ ਪਹਿਲਾਂ। ਅੱਜ ਮੇਰੀ ਸੀਗੀ ਮੀਟ ਐਂਡ ਗ੍ਰੀਟ ਸੀ ਇੱਕ ਸਾਊਦੀ ਅਰੇਬੀਆ ਦੇ ਡਾਇਰੈਕਟਰ ਨਾਲ, ਜਿਨ੍ਹਾਂ ਦਾ ਨਾਮ ਆ ਹਾਈਫਾ ਉਲ ਮਨਸੂਰ। ਗ੍ਰੀਟ ਸੀ ਜਿਹਦੀਆਂ ਕੁਝ ਝਲਕੀਆਂ ਤੁਸੀਂ ਦੇਖ ਕੇ ਆ ਸਕਦੇ ਆ ਹੁਣੀ। ਆਲ ਰਾਈਟ ਦੋਸਤੋ, ਮੈਂ ਆਲਰੇਡੀ ਹੁਣ ਜੁਆਇਨ ਇਨ ਕਰਨੇ ਕੇ ਲੀਏ, ਉਹਨੇ ਕਿਹਾ ਥਾ ਕਿ 10 ਮਿੰਟ ਪਹਿਲੇ ਆ ਜਾਏ, ਔਰ ਯੈਸ ਜੁਆਇਨ ਇਨ ਕਰ ਲੈਤੇ ਹੈਂ ਜਲਦੀ ਸੇ। I gave you all the true as me. Okay, dosto, excuse the mess. Main koshish kar rahi hu ki thoda clean kar do jab tak main wait kar rahi hu. So garbage. Got to keep it 100. Leaving you ain't really took nothing from me. So don't come looking for me. I'm that bitch and I have it. You forgot but I have it. You was just in your habit. Warm thank you to Haifa for joining us today and we hope you enjoy. Yeah, thank you, Joanna. Thank you so much, Haifa. We're very excited to have this this intimate setting as part of this year's festival. And we do want to have say a sincere thank you, of course, to L'Oréal Paris for their continued support of this. Wouldn't take no for an answer, and she's a hustler, and she's always there to make a buck's money out there. Unfortunately, she grew up to be very conservative. And a lot of girls in Saudi Arabia also, like, they lose that as they grow up. They fit in the system. There was a two-part question. Both were actually from Simora. The second one was, do you just observe people everywhere you go? And you kind of seems like yes. ਮੈਂ ਆਪਣੇ ਲਈ ਇੱਕ ਚਾਹ ਦਾ ਕੱਪ ਬਣਾਇਆ ਆ, ਚਾਹ ਪੀਊਂਗੀ ਮੈਂ। ਇਹ ਮੇਰੇ ਪਤੀ ਨੇ, ਇਹਨਾਂ ਨੂੰ ਕੱਲ੍ਹ ਰਾਤੀ ਵਧੀਆ ਨੀਂਦ ਨਹੀਂ ਆਈ ਕਿਸੇ ਕਾਰਨ ਕਰਕੇ, ਤਾਂ ਥੋੜ੍ਹਾ ਜਿਹਾ ਆਰਾਮ ਕਰਦੇ ਪਏ ਆ ਉੱਥੇ। ਇਹ ਮੇਰੇ ਬਹੁਤ ਹੀ ਜ਼ਿਆਦਾ ਖੂਬਸੂਰਤ ਪੌਦਿਆਂ ਦੀ ਦੀਵਾਰ ਆ ਜਿਹੜੀ ਤੁਸੀਂ ਦੇਖ ਸਕਦੇ ਆ। ਇਹ ਮੈਨੂੰ ਬਹੁਤ ਜ਼ਿਆਦਾ ਸੋਹਣੀ ਲੱਗਦੀ ਆ। ਕਿਹੜਾ ਪੌਦਾ ਚੂਜ਼ ਕਰਾਂ ਜਿਹੜਾ ਮੇਰਾ ਫੇਵਰੇਟ ਹੋਵੇ? ਸਾਰੇ ਹੀ ਮੇਰੇ ਫੇਵਰੇਟ ਆ, ਪਰ ਕਈ ਪੌਦੇ ਵਿਚਾਰੇ ਮੇਰੇ ਇੰਨਾ ਵਧੀਆ ਨਹੀਂ ਕਰ ਰਹੇ ਅੱਜ ਕੱਲ੍ਹ। ਵਧੀਆ ਲਾਈਕ ਥਰਾਈਵ ਨਹੀਂ ਕਰ ਥਰਾਈਵ ਓ ਗੋਡ ਵਧੀਆ ਵਧਣ ਫੁੱਲਣ ਨਹੀਂ ਦੇ ਕਈ। ਚੰਗਾ ਵੀ ਦੋਸਤੋ, ਤੇ ਪਤੀ ਕਰ ਰਹੇ ਨੇ ਆਰਾਮ ਤੇ ਹਿੰਮਤ ਰੌਲਾ ਪਾ ਰਿਹਾ ਆ ਅੰਦਰ, ਤੇ ਮੈਂ ਸੋਚਿਆ ਕਿ ਅਸੀਂ ਦੋਨੋਂ ਸੈਰ ਸਪਾਟਾ ਕਰਕੇ ਆਉਂਦੇ ਹਾਂ ਕਿਤੇ ਐਵੇਂ ਹੀ ਫਾਲਤੂ ਘੁੰਮ ਫਿਰ ਕੇ, ਕਿਉਂਕਿ ਮੈਂ ਹਿੰਮਤ ਨੂੰ ਕੱਲ੍ਹ ਵਾਅਦਾ ਕੀਤਾ ਸੀਗਾ ਕਿ ਮੈਂ ਇਹਨੂੰ ਲੈ ਕੇ ਦਊਂਗੀ ਮੈਕਡੋਨਲਡਸ ਦਾ ਹੈਪੀ ਮੀਲ ਜੇ ਉਹ ਮੇਰੇ ਨਾਲ ਆਊਗਾ। ਔਰ ਮੈਂ ਸੋਚ ਰਹੀ ਹਾਂ ਕਿ ਕੋਈ DIY ਕਰਨ ਲਈ ਥ੍ਰਿਫਟ ਸਟੋਰ ਤੋਂ ਕੁਝ ਮਿਲੇ ਮੈਨੂੰ, ਆਰਟ ਜਾਂ ਹੋਮ ਡਿਕੋਰ ਜਾਂ ਕੁਝ ਵੀ ਨਾ, ਉੱਧਰ ਹੀ ਘਰ ਨੂੰ ਸਜਾਉਣ ਵਾਲੀਆਂ ਸਜਾਵਟ ਦੀਆਂ ਚੀਜ਼ਾਂ ਔਰ ਕਲਾ ਮੇਰੀ ਕਲਾ ਨੂੰ ਬਾਹਰ ਲਿਆਉਣ ਵਾਲੀਆਂ ਚੀਜ਼ਾਂ ਲੈ ਕੇ ਆਊਂਗੀ ਮੈਂ ਉੱਥੋਂ ਅਗਰ ਮਿਲੇ ਤਾਂ। ਵੈਸੇ ਮੈਂ ਗਰੋਸਰੀ ਕਰਨ ਵੀ ਜਾਣਾ ਚਾਹੁੰਦੀ ਹਾਂ, ਰਾਸ਼ਨ ਲੈਣ ਵੀ ਜਾਣਾ ਚਾਹੁੰਦੀ ਹਾਂ, ਪਰ ਅੱਜ ਮੈਂ ਅਗਰ ਨਹੀਂ ਵੀ ਜਾਊਂਗੀ ਤਾਂ ਚੱਲੂਗਾ, ਫਿਊਚਰ ਜਾਊਂਗੇ, ਕੱਲ੍ਹ ਜਾਊਂਗੇ ਜਾਂ ਪਰਸੋਂ, ਕਿਉਂਕਿ ਮੈਂ ਹਜੇ ਆਪਣਾ ਨਹੀਂ ਕੀਤਾ, ਮੈਂ ਹਜੇ ਲਿਖਿਆ ਨਹੀਂ ਆ ਕਿ ਅਸੀਂ ਆਉਣ ਵਾਲੇ ਦਿਨਾਂ ਵਿੱਚ ਆਪਣੇ ਰਾਤ ਦੇ ਭੋਜਨ 'ਚ ਕੀ ਕੀ ਖਾਵਾਂਗੇ। ਅੱਜ ਕੱਲ੍ਹ ਮੈਂ ਕੀ ਕਰਦੀ ਪਈ ਹਾਂ ਕਿ ਮੈਂ ਆਪਣਾ ਇੱਕ ਪਲਾਨ
ਬਣਾ ਲੈਣੀ ਹਾਂ ਕਿ ਰਾਤ ਦੇ ਭੋਜਨ ਲਈ ਕੀ ਖਾਧਾ ਜਾਏ ਫਿਰ ਉਸੇ ਹਿਸਾਬ ਨਾਲ ਅਸੀਂ ਗ੍ਰੋਸਰੀ ਸ਼ੋਪਿੰਗ ਕਰਦੇ ਹਾਂ ਇੱਦਾਂ ਕੀ ਹੁੰਦਾ ਕਿ ਤੁਹਾਡੀ ਪੈਸੇ ਵੇਸਟ ਨਹੀਂ ਹੁੰਦੇ ਫੂਡ ਵੇਸਟ ਨਹੀਂ ਹੁੰਦਾ ਔਰ ਫਿਰ ਤੁਸੀਂ ਉਹੀ ਚੀਜ਼ਾਂ ਲੈਂਦੇ ਹਾਂ ਉਹੀ ਰਾਸ਼ਨ ਦੀਆਂ ਚੀਜ਼ਾਂ ਚਾਹੀਦੀਆਂ ਓਕੇ ਉਹੀ ਰਾਸ਼ਨ ਦੀਆਂ ਚੀਜ਼ਾਂ ਲੈਂਦੇ ਹਾਂ ਜਿਹੜੀਆਂ ਵਾਕਈ ਤੁਹਾਨੂੰ ਜ਼ਰੂਰਤ ਆ ਅਤੇ ਮੈਂ ਫੋਨ 'ਤੇ ਗਾਣੇ ਨਹੀਂ ਲਾ ਸਕਦੀ ਕਿਉਂਕਿ ਮੇਰਾ ਫੋਨ ਚਾਰਜ ਨਹੀਂ ਆ ਅਤੇ ਉਹ ਚਾਰਜ ਹੁੰਦਾ ਪਿਆ ਬਾਅਦ 'ਚ ਲਾਵਾਂਗੇ ਮੇਰਾ ਫੇਵਰੇਟ ਗਾਣਾ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਆ ਤੇ ਮੈਂ ਦੱਸਦਾ ਮੇਰਾ ਨਾਮ ਸਿਮੌਰ ਆ ਤੇ ਇਹ ਮੇਰਾ ਬੱਚਾ ਆ ਮੇਰਾ ਪੁੱਤਰ ਹਿੰਮਤ ਔਰ ਇਹਨੂੰ ਲਵ ਨਾ ਮੈਂ ਹਿੰਮਤ ਕਹਿ ਦਿੰਦਾ ਪਿਆਰ ਨਾ ਹਿੰਮਤ ਕਹਿ ਮੀਮੀ ਕਹਿ ਦਿੰਦੀ ਆ ਤੇ ਤੁਸੀਂ ਵੀ ਮੀਮੀ ਕਹਿ ਸਕਦੇ ਆ ਤੇ ਇਹਦਾ ਨਾਮ ਹਿੰਮਤ ਆ ਵੈਸੇ ਸੋ ਯਾ ਹੁਣ ਚੱਲਦੇ ਆ ਕਿ ਮੇਰੇ ਨੋਰਮਲ ਡਿਸਟਰਬ ਮੀਮੀ ਮੈਨੂੰ ਗੱਲ ਕਰਨ ਦੇ ਪਲੀਜ਼ ਮੈਨੂੰ ਸ਼ੱਕ ਆ ਕਿ ਮੇਰੇ ਪਤੀ ਨੇ ਕਿਤੇ ਜਾਣਾ ਨਾ ਹੋਏ ਹੁਣ ਉਹ ਸੁੱਤੇ ਹੋਏ ਆ ਤੇ ਮੈਂ ਉਹਨਾਂ ਨੂੰ ਜਗਾਉਣਾ ਨਹੀਂ ਚਾਹੁੰਦੀ ਕਿਉਂਕਿ ਮੈਨੂੰ ਇਹ ਚੀਜ਼ ਬਿਲਕੁਲ ਚੰਗੀ ਨਹੀਂ ਲੱਗਦੀ ਕਿ ਜੇ ਕੋਈ ਸੁੱਤਾ ਹੋਏ ਤਾਂ ਉਹਨੂੰ ਉਠਾਓ ਸੋ ਮੈਨੂੰ ਵੀ ਕਹਿੰਦੀ ਰਹਿੰਦੀ ਕਿ ਰੋਲਾ ਨਾ ਪਾ ਰੋਲਾ ਨਾ ਪਾ ਪਰ ਇਹਨੂੰ ਸਮਝ ਹੀ ਨਹੀਂ ਆਉਂਦਾ ਇਹ ਰੋਲਾ ਪਾਉਂਦਾ ਆ ਸੋ ਯਾਰ ਚੱਲਦੇ ਹਾਂ ਦੋਸਤੋ ਹੁਣ ਵੇਖੀ ਦੇਖੀ ਜਾਏਗੀ ਮੁੰਡਾ ਹੈ ਜਿਹੜਾ ਇਹ ਸਿੱਧੂ ਮੂਸੇਵਾਲੇ ਦੇ ਗਾਣਿਆਂ ਦਾ ਫੈਨ ਆ ਵੈਸੇ ਪੰਜਾਬੀ ਗਾਣੇ ਬਹੁਤ ਘੱਟ ਸੁਣਦਾ ਆ ਪਰ ਇਹਦੇ ਹੀ ਸੁਣਦਾ ਆ ਅਸੀਂ ਆਪਣੀ ਮੰਜ਼ਿਲ ਤੇ ਪਹੁੰਚ ਚੁੱਕੇ ਹਾਂ ਹਿੰਮਤ ਕਹਿੰਦਾ ਪਿਆ ਆ ਕਿ ਮੈਨੂੰ ਇੱਥੇ ਡੈਸਟੀਨੇਸ਼ਨ ਤੇ ਡੈਡੀ ਦੀ ਫੇਵਰੇਟ ਦੁਕਾਨ ਵੀ ਲੱਭ ਗਈ ਆ ਜਿੱਥੇ ਪੂਰੀ ਡਰਿੰਕ ਮਿਲਦੀ ਆ ਬੀਅਰ ਸਟੋਰ ਆ ਐਕਚੁਅਲੀ ਇੱਥੇ ਮੈਂ ਤੈਨੂੰ ਕਿੱਦਾਂ ਯਾਦ ਰਹਿੰਦੀਆਂ ਇੰਨੀਆਂ ਚੀਜ਼ਾਂ ਓਕੇ ਦੋਸਤੋ ਤਾਂ ਸਾਡੀ ਗੱਡੀ ਲੱਗ ਗਈ ਆ ਪਰਫੈਕਟ ਪਾਰਕਿੰਗ 'ਚ ਹੁਣ ਅਸੀਂ ਕਰਾਂਗੇ ਤਿਆਰੀ ਬਾਹਰ ਜਾਣ ਦੀ ਜਿਹੜੀ ਕੀ ਹੈ ਮਾਸਕ ਪਾਉਣਾ ਹਿੰਮਤ ਪਾਊਗਾ ਇਹ ਵਾਲਾ ਮਾਸਕ ਪਾ ਲਓ ਅਤੇ ਮੰਮੀ ਪਾਏਗੀ ਇਹ ਵਾਲਾ ਮਾਸਕ ਤੁਸੀਂ ਦੋ ਮਾਸਕ ਤਾਂ ਨਹੀਂ ਪਾਉਣੇ ਸੋ ਬੱਚਾ ਮਾਸਕ ਪਾ ਰਿਹਾ ਆ ਲਾ ਰਿਹਾ ਆ ਕਹਿ ਰਿਹਾ ਕਿ ਮੈਂ ਥੋੜ੍ਹੀ ਬ੍ਰੇਕ ਲਊਂਗਾ ਮਾਸਕ ਚੱਲੇ ਹਾਂ ਅਵਲੀ ਦੁਕਾਨ 'ਤੇ ਜਿਹੜੀ ਦੁਕਾਨ ਦਾ ਨਾਮ ਆ ਗਾਰਬੇਜ ਹਮੇ ਵੈਲਿਊ ਵਿਲੇਜ ਸੋ ਮੇਰਾ ਸਾਥੀ ਹਿੰਮਤ ਹਮੇਸ਼ਾ ਮੇਰੇ ਨਾਲ ਰਹਿੰਦਾ ਆ ਇਹ ਸੱਚ ਨਹੀਂ ਹੈ ਇਹ ਸਿਰਫ ਲਾਲਚ ਲਈ ਆਇਆ ਆ ਉਵੇਂ ਇਹ ਆਉਣਾ ਪਸੰਦ ਨਹੀਂ ਕਰਦਾ ਸੋ ਇਹ ਲਾਲਚ ਦਾ ਸਾਥੀ ਆ ਦੋਸਤੋ ਸੋ ਇੱਥੇ ਕਾਫੀ ਸਾਰੀਆਂ ਚੀਜ਼ਾਂ ਆ ਇੱਥੇ ਸਭ ਤੋਂ ਜ਼ਿਆਦਾ ਮੈਨੂੰ ਡਰਾਵਨਾ ਸੈਕਸ਼ਨ ਲੱਗਦਾ ਆ ਗੁੱਡੀਆਂ ਵਾਲਾ ਹੌਂਟਡ ਸੋ ਇੱਥੇ ਸਾਨੂੰ ਇੱਕ ਪਿਆਰੀ ਬੀਬੀ ਵੀ ਮਿਲੀ ਆ ਜਿਹਦਾ ਰੰਗ ਵੀ ਸਾਡੇ ਵਰਗਾ ਆ ਚੁੰਨੀ ਵੀ ਸਾਡੇ ਵਾਂਗੂ ਲਈ ਆ ਫੈਟ ਵੇਖਣੀ ਸ਼ੀਪ ਆ ਵੇਖ ਬਿਗ ਟਮ ਓ ਤੇਰੀ ਮੀਮੀ ਦ ਸਕੇਰੀਐਸਟ ਡੋਲ ਆ ਵੇਖੀ ਕਿੱਦਾਂ ਦੀ ਆ ਆਵਲੀ ਇਹਨਾਂ ਦੇ ਪਰ ਗਾਇਸ ਕਿੰਨੀ ਹੌਂਟਡ ਹੈ ਸੱਜੀ ਕਿੰਨੀ ਪਈ ਆ ਸੋ ਆਵਲਾ ਸੈਕਸ਼ਨ ਆ ਜਿੱਥੇ ਗਲਾਸ ਦੇ ਵੇਸਿਸ ਜੇ ਆ ਅਤੇ ਮੈਂ ਇੱਥੋਂ ਕੁਝ ਲੈਣਾ ਚਾਹੂੰਗੀ ਮੇਰੇ ਪੌਦਿਆਂ ਨੂੰ ਪ੍ਰੋਪੋਗੇਟ ਕਰਨ ਲਈ ਕਿਉਂਕਿ ਮੈਨੂੰ ਚਾਹੀਦਾ ਹੁੰਦਾ ਕਿ ਜਿਹਦਾ ਮੂੰਹ ਛੋਟਾ ਹੋਵੇ ਜਦੋਂ ਮੈਂ ਪੌਦਾ ਪਾਵਾਂ ਤਾਂ ਉਹਦੀ ਜੜ ਹੀ ਰਹੇ ਪਾਣੀ 'ਚ ਬਾਕੀ ਨਾ ਰਹੇ ਸੋ ਆਹ ਵਨ ਆਫ ਦੋਜ਼ ਆ ਜਿਹੜਾ ਮੈਨੂੰ ਚਾਹੀਦਾ ਹੋਊਗਾ ਸੋਹਣਾ ਆ ਕਿਉਂਕਿ ਇਹਦਾ ਵੀ ਮੂੰਹ ਛੋਟਾ ਆ ਸੋ ਇਹ ਵੀ ਲੈ ਸਕਦੀ ਹਾਂ ਮੈਂ
मीमी तो हाथ ना लाई किसी चीज में। सो यार इदा दी चीजा लेने लिए स्टोर वधिया हुंदा है कि जड़ियां तुसीं नवीं नहीं लेना चाहोगे तो इतने काफ़ी वरायटी और जड़े इतने स्टाइल है वो तुम्हें बाहरों अजक नहीं मिलते। सो अगला साड़ा सैक्शन होंगे किताबा, क्योंकि मैं किताबा पढ़ने की बहुत ज़्यादा शौकीन हाँ और इतने कई बार मेरे ना इदा होया जी मैं किताब तक आनी हाँ कि मैं मिले वो मैं मिल जाती है। सो किड़िया किताबा पढ़ती हाँ मैं सैल्फ हैल्प और स्पिरिचुअल रब न जोड़न वालिया दूजिया जड़िया मेरी मदद कर हेल्थ माइंड एंड बॉडी च मिल सकती हैं। थोड़ा इतने समा बताऊँगी मैं किताबा लभन से इस समय हिम्मत के पेशेंस खत्म हो जाते होंगे पर इस सिर्फ इनू एक एदा हैप्पी मील टका के रखता है। ओके दोस्तों मैंने किताब तो कोई मिली नहीं है पर एक वुड का पीस मिलया जो सिर्फ $4 का आ। इनू मैं रंग करके बना सकती हाँ मेरे प्लांट्स का होल्डर या फिर एवं रस्टी फिनिश रहे क्लीन करके एक प्लांट उपर रखा जा सकता एक नीचे क्योंकि पिछों ये स्ट्रेट आ। सो ये मैंने चंगा लगा और पैसे बड़े वधिया चार अगर तुम उमें होल्डर प्लांट्स लेने हो ना रैक तो बड़े महंगे आते हैं। दूजी गल आ कि ये लकड़ी का आ भारा भी आ सोहना भी आ तो मैं लकड़ी की बड़ी वीडी बस फैन हाँ। हिम्मत अपने आप को शीशे च वेख के बहुत ज़्यादा खुश हो रहा है। मैं भी शीशे तो दूर ही हाथ ना लाई ये वाला स्टोर दोस्तों वैल्यू विलेज बर्लिंगटन आ और काफ़ी ज़्यादा वड्डा स्टोर आ और समान वधिया होंदा इत्थे ते बिजी भी आ काफ़ी व्यस्त भी है काफी। अही असी आ चुके हैं उस दुकान तो बाहर और पे करता ही तो मैं हिम्मत ने पूछा कि वह हूँ खाना चाहता है तो उन्हें कहा कि मैं थोड़ा रिलैक्स करना चाहना खाने तो पहला तो एक मिनट के ही कहता कि मेरा रिलैक्स हो गया हूँ मैं खाना चाहूँगा तो पति का कोई भी फोन नहीं आया। मे बी वह हजे उठे ही ना हो क्योंकि उठ के हैरान तो हो गए कि कितने गए बाहर बहुत वही लाइन सी तो असी सोचा कि अंदर ही आके ऑर्डर कर लेने तो हिम्मत ने वॉशरूम भी जाना सी सो अंदर कोई भी नहीं है सारा खाली है। चंगा दोस्तों हिम्मत ने अपना मील ले लिया तो मैं कहता कि मैं घर जाके खाऊंगा मैं उन्होंने कह के घर थोड़ी दूर है तो थोड़ा खा ला थोड़ा घर जाके खा ली। सो हम असं होर कितने जाने का अपना विचार छड़न लगे हाँ क्योंकि मैं थक गई हाँ तो घर चलते हाँ। सो चलो दोस्तों घर चलीए तो पति की खबर लीए। सो मैं मिल गई गंदी मिल गई ग्लासेस मेरी गड्डी चो गड्डी से गैस भरवा ली गई है हुण थोड़ी शांति आई है। मैनू बहुत ज़्यादा ना डर लगन लग पैंदा जो गड्डी से गैस खत्म होने वाली होए हसबेंड तो एंड तक घुमांदे आ बहुत रिस्क लैंदे आ। वैसे समा तो कुछ नहीं होया सिर्फ 4:27 होया दोस्तों पति ने फोन इसलिए नहीं किया क्योंकि वह हजे भी सुते ही तो उन्होंने लगता कि अं उपर हिम्मत अपना मील लैके आया वे तो पर बचा बचा के लिया बर्लिंगटन तो कहना मैं घर जाके खाना घर जाके ज़्यादा मजा आना प्यारी तेरी पेट्रोल खत्म हो गया सड़क के बिच तु क्यों इधर रख दे बिल्कुल फिनिश तो इन्नी जी ही एमटी तो है बीयर स्टोर से उन्हें मैं पता डेयरी की बेस्ट फेवरेट शॉप आए तो हूँ मैं बना लगी हाँ चाह में। ओके दोस्तों हिम्मत ने रैप्टर्स की टी शर्ट पाई आ पर मीमी बेचारे की टीम कल हार गई आ वी द नॉर्थ सॉरी मीमी।
ਸੋ ਇਹ ਵਾਲੇ ਪੀਸ ਨੂੰ ਮੈਂ ਇੱਥੇ ਐਡ ਕਰਦਾ, ਮੈਨੂੰ ਇਹਦੀ ਇਹ ਚੀਜ਼ ਬਹੁਤ ਵਧੀਆ ਲੱਗੀ ਕਿ ਪਿੱਛੋਂ ਸਿੱਧਾ ਆ ਅਤੇ ਵਾਲ ਦੇ ਨਾਲ ਬਿਲਕੁਲ ਚਿਪਕ ਜਾਣਾ, ਜ਼ਿਆਦਾ ਸਪੇਸ ਨਹੀਂ ਲੱਗਣਾ। ਅਤੇ ਕਿਉਂਕਿ ਮੈਂ ਇਹਦੇ 'ਤੇ ਪੌਦੇ ਰੱਖਣਾ ਚਾਹੁੰਦੀ ਹਾਂ ਅਤੇ ਫਿਰ ਮੈਨੂੰ ਇਹਨੂੰ ਪੇਂਟ ਕਰਨ ਦੀ ਲੋੜ ਵੀ ਨਹੀਂ, ਪਰ ਜੇ ਮੇਰਾ ਦਿਲ ਕਰੂ ਮੈਂ ਇਹਨੂੰ ਚਿੱਟਾ, ਬਰਾਊਨ, ਕਾਲਾ, ਗੋਲਡ ਜੋ ਵੀ ਕਰ ਲਵਾਂ। ਪਰ ਮੈਂ ਲੱਕੜੀ ਦੀ ਫੈਨ ਹਾਂ ਅਤੇ ਹੋ ਸਕਦਾ ਕਿ ਮੈਨੂੰ ਲੱਕੜੀ ਦਾ ਹੀ ਪੋਲਿਸ਼ ਜੀ ਕਰ ਲਵਾਂ, ਪਰ ਫਿਲਹਾਲ ਮੈਂ ਸਿਰਫ ਇਹਨੂੰ ਕਲੀਨ ਕਰਕੇ ਇੱਦਾਂ ਹੀ ਯੂਜ਼ ਕਰੂੰਗੀ। ਇਹਦੇ 'ਤੇ ਕੋਈ ਲਟਕਣ ਵਾਲਾ ਪੌਦਾ ਰੱਖੂੰਗੀ। ਬਹੁ ਵੇਖੋ ਕਿੰਨਾ ਪਿਆਰਾ ਲੱਗਣ ਦਿਆ, 85 ਹੈ, ਲੱਗਦੀ ਨਹੀਂ ਆ ਨਾ। ਪੱਟੀ ਬਿਨਾ ਬਿਸਕੁਟਾਂ ਦੇ ਤੇ ਬਿਨਾ ਮਟਰੀ ਦੇ ਚਾਹ ਨਹੀਂ ਪੀ ਸਕਦੇ। ਦੋਸਤੋ ਮੈਂ ਤੁਹਾਨੂੰ ਉਸ ਏਰੀਏ 'ਚ ਲੈ ਤੇ ਜਾਂਦੀ, ਪਰ ਪਤੀ ਨੇ ਉੱਧਰ ਬਹੁਤ ਖਲਾਰਾ ਪਾਇਆ ਹੈ ਅਤੇ ਤੁਸੀਂ ਇੱਥੇ ਰਹੋ ਅਤੇ ਮੈਂ ਆਪਣੇ ਪਤੀ ਦੇ ਨਾਲ ਪਿਆਰ ਨਾਲ ਬਹਿ ਕੇ ਚਾਹ ਪੀਂਦੀ। ਚਾਹ ਹੋ ਚੁੱਕੀ ਹੈ ਸਾਡੀ, ਹਸਬੈਂਡ ਥੋੜ੍ਹਾ ਫਰੈਸ਼ ਹੋਣ ਲੱਗੇ ਆ, ਜਦੋਂ ਵਾਪਸ ਆਓਗੇ ਤਦ ਤੇ ਮੈਂ ਐਡਿਟ ਕਰਦੀ ਹਾਂ। ਪਿੱਛੇ ਦੋਸਤੋ ਆ ਬਿੱਲੀ ਆ ਗਈ, ਐਡੀ ਜ਼ਿਆਦਾ ਬਦਮਾਸ਼ ਬਿੱਲੀ ਆ ਨਾ, ਮੈਂ ਤੁਹਾਨੂੰ ਕੀ ਦੱਸਾਂ। ਇਹਨੇ ਨਾ ਜੀਣਾ ਹਰਾਮ ਕੀਤਾ ਹੋਇਆ ਸਾਡਾ ਅਤੇ ਸਾਡੇ ਪੰਛੀਆਂ ਦਾ। ਮੈਂ ਉੱਥੇ ਨਾ ਆਪਣੇ ਪੇੜ ਦੇ ਇਸ ਜਗ੍ਹਾ 'ਤੇ ਪੰਛੀਆਂ ਲਈ ਸੀਡ ਪਾ ਕੇ ਰੱਖਦੀ ਹਾਂ ਤਾਂ ਕਿ ਬਹੁਤ ਸਾਰੇ ਪੰਛੀ ਆਉਣ, ਕਿਉਂਕਿ ਮਜ਼ੇਦਾਰ ਲੱਗਦੇ ਆ। ਇਹ ਜਿਹੜੀ ਚਲਾਕੂ ਬਿੱਲੀ ਮਾਸੀ ਆ ਨਾ, ਇਹ ਜਾਂ ਤਾਂ ਲੋਕੀ ਕਿਤੇ ਬੈਠੀ ਰਹਿੰਦੀ ਆ, ਉਹਨਾਂ ਨੂੰ ਡਰਾਉਣ ਲਈ ਸ਼ਿਕਾਰ ਕਰਦੀ ਹੈ, ਇਹ ਸ਼ਿਕਾਰੀ ਜੀਵ ਹੈ। ਅਤੇ ਇਹ ਫਿਰ ਨਾ ਛਾਲ ਮਾਰਦੀ ਆ ਉਸ ਜਗ੍ਹਾ 'ਤੇ, ਅਤੇ ਜਦੋਂ ਛਾਲ ਮਾਰਦੀ ਆ ਤਾਂ ਸਾਰੇ ਸਾਡੇ ਸੀਡਸ ਥੱਲੇ ਸੁੱਟ ਦਿੰਦੀ ਆ, ਖਲਾਰਾ ਪਾ ਦਿੰਦੀ ਆ। ਇੱਕ ਦਿਨ ਤਾਂ ਕਿਸੇ ਨਿੱਕੇ ਜਿਹੇ ਕਬੂਤਰ ਨੂੰ ਵਿਚਾਰੇ ਨੂੰ ਇਹ ਮੂੰਹ 'ਚ ਪਾ ਕੇ ਲੈ ਵੀ ਗਈ। ਬਹੁਤ ਖਰਾਬ ਆ ਇਹ, ਲੱਭਣ ਦੀ ਆ ਕਿ ਮੈਂ ਕੀ ਕਰਾਂ, ਕੀ ਕਰਾਂ ਮੈਂ ਇਸ ਜ਼ਿੰਦਗੀ 'ਚ। ਤੇ ਸ਼ਾਇਦ ਤੁਸੀਂ ਮੇਰੇ ਪਤੀ ਨੂੰ ਹਜੇ ਤੱਕ ਮਿਲੇ ਨਹੀਂ ਹੋਵੋਗੇ, ਤੇ ਇਹ ਨੇ ਮੇਰੇ ਪਤੀ। ਹਾਏ ਦੋਸਤੋ, ਇਹਨਾਂ ਦਾ ਨਾਮ ਆ ਪਿਆਰੇ ਲਾਲ। ਮੈਂ ਨਵਾਂ ਨਵਾਂ ਪਤੀ ਬਣਿਆ। ਪਿਆਰੇ ਇਸ ਲਈ ਕਿਉਂਕਿ ਇਹ ਮੈਨੂੰ ਬਹੁਤ ਪਿਆਰੇ ਲੱਗਦੇ ਆ। ਇਹਨਾਂ ਨੂੰ ਮੈਂ ਪਿਆਰੀ ਲੱਗਦੀ ਹਾਂ ਜਾਂ ਨਹੀਂ ਇਹ ਮੈਨੂੰ ਪਤਾ ਨਹੀਂ ਆ, ਔਰ ਇਹ ਤੁਹਾਨੂੰ ਪਿਆਰੇ ਲੱਗਣਗੇ ਜਾਂ ਨਹੀਂ ਇਹ ਵੀ ਮੈਨੂੰ ਪਤਾ ਨਹੀਂ ਆ, ਪਰ ਆਈ ਕੁਆਈਟ ਲਾਈਕ ਹਿਮ। ਆਈ ਲਵ ਸਕ੍ਰੀਨੀ। ਇਹ ਕੈਮਰੇ ਦੀ ਬੈਟਰੀ ਭਰ ਗਈ ਆ, ਹੁਣ ਜਿੰਨਾ ਵੀ ਅਸੀਂ ਅੱਗੇ ਸਫ਼ਰ ਕਰਾਂਗੇ ਉਹ ਇਹਦੇ ਵਿੱਚ। ਇਹਦੇ ਉੱਤੇ ਵਲੌਗ ਬਣਾਉਣਾ ਬਹੁਤ ਜ਼ਿਆਦਾ ਅਜੀਬ ਲੱਗ ਰਿਹਾ ਆ, ਪਰ ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਬਣਾ ਪਾਈਏ। ਅੱਛਾ, ਅਤੇ ਅਸੀਂ ਪਹੁੰਚ ਚੁੱਕੇ ਹਾਂ ਅਤੇ ਮੈਂ ਅਸੀਂ ਦੋਨਾਂ ਨੇ ਸੋਚਿਆ ਸੀ ਕਿ ਵਾਕ ਕਰਦੇ ਹਾਂ, ਪਰ ਮੁੰਡਾ ਸਾਡਾ ਕਹਿੰਦਾ ਵਾਕ ਨਹੀਂ ਕਰਨੀ ਹੈਗੀ, ਮੈਂ ਪਲੇ ਕਰਨਾ ਹੈ ਫੁੱਟਬਾਲ। ਅਤੇ ਹੁਣ ਥੋੜ੍ਹਾ ਜਿਹਾ ਫਿਰ ਪਲੇ ਕਰਦੇ ਹਾਂ ਅਤੇ ਫਿਰ ਫੁੱਟਬਾਲ, ਫਿਰ ਵਾਕ ਕਰਾਂਗੇ, ਕਿਉਂਕਿ ਵਾਕ ਕਰਨ ਵਾਲਾ ਏਰੀਆ ਦੂਜੇ ਪਾਸੇ ਆ। ਅਤੇ ਅੱਜ ਇੱਥੇ ਕਾਫੀ ਜ਼ਿਆਦਾ ਰਸ਼ ਆ ਵੈਸੇ, ਲਾਈਕ ਪਾਰਕਿੰਗ ਵਾਲਾ ਏਰੀਆ ਪੂਰਾ ਭਰਿਆ ਹੋਇਆ ਅਤੇ ਲੋਕਾਂ ਨੇ ਆਪਣੀਆਂ ਗੱਡੀਆਂ ਇੱਧਰ ਵੀ ਲਾਈਆਂ। ਸੋ ਚੰਗਾ ਕਰਾਊਡ ਆ, ਕਈਆਂ ਨੇ ਅੱਗ ਸਿੱਕਦੇ ਪਿਆ ਕਿਉਂਕਿ ਅੱਜ ਥੋੜ੍ਹਾ ਪਰਫੈਕਟ ਮੌਸਮ ਆ ਇਸ ਕੰਮ ਲਈ। ਸੋ ਹਿੰਮਤ ਅਤੇ ਉਹਦੇ ਪਿਤਾ ਜੀ ਇਹ ਕੰਮ ਕਰਨੀ ਆ। ਦੋਸਤੋ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਉਹਨਾਂ ਨੇ ਲਿਫਾਫੇ 'ਤੇ ਲਿਫਾਫਾ ਖੋਲ ਰਿਹਾ ਅਤੇ ਮੇਰੇ ਪਤੀ ਨੇ ਵੀ ਦੇਖ ਲਿਆ ਹੈ ਲਿਫਾਫੇ 'ਤੇ ਲਿਫਾਫਾ ਖੋਲ ਰਿਹਾ। ਪ੍ਰਸ਼ਾਦ ਖਿਲਾਈਏ ਪਹਿਲੇ ਪ੍ਰਸ਼ਾਦ। ਵਿਊ ਇੱਦਾਂ ਦਾ ਆ, ਮਜ਼ੇਦਾਰ ਆ ਨਾ, ਹਵਾ ਚੱਲਦੀ ਪਈ ਬਹੁਤ। ਚੰਗਾ ਦੋਸਤੋ, ਅਸੀਂ ਘਰ ਪਹੁੰਚ ਚੁੱਕੇ ਹਾਂ ਔਰ ਹਨੇਰਾ ਹੋ ਗਿਆ ਅਤੇ ਘਰ 'ਚ ਅਸੀਂ ਬੱਤੀਆਂ ਜਗਾ ਰਹੀਆਂ ਹਾਂ ਔਰ ਹੁਣ ਅਸੀਂ ਤਿਆਰ ਕਰਾਂਗੇ ਕੁਝ ਖਾਣ ਲਈ ਡਿਨਰ। ਓਕੇ ਦੋਸਤੋ, ਡਿਸਾਈਡ ਹੋ ਗਿਆ, ਹਸਬੈਂਡ ਕੁੱਕ ਕਰਨਗੇ ਪਨੀਰ ਭੁਰਜੀ, ਉਹਨਾਂ ਦੀ ਸਪੈਸ਼ਲਿਟੀ ਆ ਉਹ ਕਈ ਵਾਰ ਬਹੁਤ ਜ਼ਿਆਦਾ ਸਵਾਦ ਬਣਾਉਂਦੇ ਆ ਕਈ ਵਾਰ। ਸੋ ਉਹ ਬਣਾਉਣਗੇ ਪਨੀਰ ਭੁਰਜੀ, ਮੈਂ ਬਣਾਉਂਗੀ ਉਹਨਾਂ ਲਈ ਫੁਲਕੇ। Cause I'd still dream of you and wake up.
together is like heaven made for two. All the other guys got cash for days. I don't really care, cause all my days got your name on them. Sign your name on them. I don't see the point of the bling bling bling. Saving all my love for a single ring with your name on it. And I ain't sorry, no, I just wanna love you. पनीर जी बहुत वधिया भुर्जी तैयार हो चुकी है, तो फुलके भी बन गए, सुपर शादा तैयार है शक्कर लई शक्या जाएगा। प्याजों तो बिना भोजन वधिया नहीं लगना, पति उत्थे बह खा रहा उल्टी पुल्टी जगह पर, क्योंकि सारा सब तो ज़्यादा कंफर्ट प्लेस है रोटी खाने लई। चंगा प्यारे दोस्तों, सो अज की इस व्लॉग लिए बस इन्ना ही। उम्मीद करती हूँ तुहानू ये वीडियो वधिया लगी होएगी। अगर तुहानू ये व्लॉग चंगा लगा है तो प्लीज़ कमेंट च जरूर दस्यो, तो मेरे चैनल सबसक्राइब करो तो लाइक करो। लाइक करन तो ही मैनू पता चलता है कि तुहानू मेरी वीडियो चंगिया लगदियां या नहीं। अगर लाइक नहीं करोगे तो नहीं पता चलेगा। सो अज लिए बस इन्ना ही, मिलूंगी मेरे आने वाले वीडियो से। तद तक अपना ख्याल रखियो, तो बिल्कुल ना भुल्यो कि तुम लोग बहुत ज़्यादा खूबसूरत आ, खूबसूरत हाँ अगे की ब्यूटीफुल वे यू आर। हाँ बिल्कुल मत, बिल्कुल ना भुल्यो कि तुम बहुत ज़्यादा खूबसूरत आ अंदरों भी। यही गा, सो बिल्कुल ना भुलो कि तुम जिदा के भी हाँ बहुत ज़्यादा खूबसूरत आ। सिर्फ तुम तो खुश रहना आ, स्ट्रोंग रहना आ, तो जो भी तुम अपनी जिंदगी हासिल करना चाहते हो वो बारे एक सोच बनानी आ, तो वे नन्ना जहा एक्शन लेना आ, बस यही आ। दैट्स इट, आई लव यू गाइस सो मच, बाय। मैं तुम्हें बहुत ज़्यादा प्यार करती हूँ, बाय। गुलाब जामुन बिल्कुल तैयार आ। सो इस मिठे गुलाब जामुन के नाल असी अज के दिन नू खत्म करते हैं, तो इनू असी वंड के खावांगे तीनों जने प्यार प्यार ना। चंगा।